सत श्री अकाल जी, तुसी देख रहे हो अज दी आवाज़। मैं दारक बद्दी, अज असी पहुंचे हैं जी गुरद्वारा आलमगीर साहब पातशाही दसवीं, जिथे कि अज धन धन श्री गुरु गोबिंद सिंह जी महाराज दे आउण दी याद दे विच जिहड़ा नगर कीर्तन आ अज इत्थों सजाया जा रहा, जो कि पिंड आलमगीर दी परिक्रमा करके इत्थे पहुंचेगा। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਜਿਸ ਵੇਲੇ ਨੌਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੀਸ ਲੈ ਕੇ ਭਾਈ ਜੱਤਾ ਜੀ ਆਏ, ਉਸ ਵੇਲੇ ਇੱਕੋ ਸਵਾਲ ਸਤਿਗੁਰਾਂ ਨੇ ਕੀਤਾ ਕਿ ਉਸ ਧਰਤੀ 'ਤੇ ਕਿਸੇ ਨੇ ਹਾਹ ਦਾ ਨਾਰਾ ਮਾਰਿਆ। ਭਾਈ ਜੱਤਾ ਜੀ ਨੇ ਸਾਰਾ ਅੱਖੀਂ ਡਿੱਠਾ ਹਾਲ ਸਤਿਗੁਰੂ ਜੀ ਦੇ ਸਨਮੁਖ ਰੱਖਿਆ ਅਤੇ ਸਤਿਗੁਰੂ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ ਸੀਸਗੰਜ ਗੁਰਦੁਆਰੇ ਵਿਖੇ ਇਹ ਐਲਾਨ ਕੀਤਾ ਕਿ ਹੁਣ ਇੱਕ ਮੈਂ ਐਸਾ ਖਾਲਸਾ ਬਣਾਊਂਗਾ ਜਿਹਦੀ ਵੱਖਰੀ ਅਡਰੀ ਅਤੇ ਨਿਆਰੀ ਜਿਹੜੀ ਉਹ ਪਹਿਚਾਣ ਹੋਊਗੀ। ਸਤਿਗੁਰਾਂ ਨੇ 1699 ਦੇ ਵਿੱਚ ਖਾਲਸਾ ਪੰਥ ਦੀ ਸਿਰਜਣਾ ਕੀਤੀ, ਪੰਜ ਪ੍ਰਧਾਨੀ ਚਲਾਈ, ਪੰਜਾਂ ਨੂੰ ਖੰਡੇ ਬਾਟੇ ਦੀ ਪੌਲ ਬਖਸ਼ਿਸ਼ ਕੀਤੀ, ਆਪ ਖੰਡੇ ਬਾਟੇ ਦੀ ਪੌਲ ਛੱਕ ਕੇ ਆਪੇ ਗੁਰਚੇਲਾ ਦੀ ਨਵੀਂ ਇਸ ਜੱਗ ਦੇ ਉੱਤੇ ਸਤਿਗੁਰਾਂ ਨੇ ਰੀਤ ਵੀ ਚਲਾਈ ਅਤੇ ਸਤਿਗੁਰੂ ਜੀ ਦੇ ਨਾਲ ਉਸ ਵੇਲੇ ਦੇ ਜਿਹੜੇ ਲੋਕ ਜਿਹੜੇ ਆਪਣੇ ਆਪ ਨੂੰ ਵੱਡੇ ਧਰਮਾਂ ਦੇ ਕਹਾਉਂਦੇ ਸੀ ਉਹਨੇ ਸਤਿਗੁਰੂ ਜੀ ਦਾ ਵਿਰੋਧ ਕੀਤਾ ਕਿ ਅੰਮ੍ਰਿਤ ਅਸੀਂ ਵੀ ਛਕਣ ਨੂੰ ਤਿਆਰ ਹਾਂ ਪਰ ਤੁਸੀਂ ਇਹ ਪੰਗਤ ਵੱਖਰੀ ਲਾਓ ਅਤੇ ਸਾਡੀ ਪੰਗਤ ਵੱਖਰੀ ਲਾਓ, ਕਿਉਂਕਿ ਸਤਿਗੁਰੂ ਜੀ ਦਾ ਪਵਿੱਤਰ ਸਿਧਾਂਤ ਸੀ ਕਿ ਸਾਰੀ ਮਨੁੱਖਤਾ ਨੂੰ ਇੱਕ ਲੜੀ ਦੇ ਵਿੱਚ ਪੁਰਾਉਣਾ ਅਤੇ ਜਿੰਨੇ ਵੀ ਦੱਬੇ ਅਤੇ ਲਤਾੜੇ ਲੋਕ ਸੀ ਉਹਨਾਂ ਨੂੰ ਖੰਡੇ ਬਾਟੇ ਦੀ ਪੌਲ ਬਖਸ਼ਿਸ਼ ਕਰਕੇ ਪਾਤਸ਼ਾਹੀ ਅਤੇ ਬਾਦਸ਼ਾਹੀ ਦਾ ਜੀਵਨ ਜਿਉਣ ਦੀ ਜਾਂਚ ਸਿਖਾਈ। ਉਹ ਉਸ ਵੇਲੇ ਦੇ ਪਹਾੜੀ ਰਾਜਿਆਂ ਨੇ ਮੁਸਲਮਾਨਾਂ ਨੇ ਸਤਿਗੁਰੂ ਜੀ ਨਾਲ ਆਡਾ ਲਿਆ, ਗੁਰੂ ਸਾਹਿਬ ਜੀ ਨੇ ਇੱਕ ਇੱਕ ਦੇ ਨਾਲ ਸਵਾ ਸਵਾ ਲੱਖ ਨੂੰ ਲੜਾਇਆ। ਇਹ ਅਨੰਦਪੁਰ ਦੀ ਧਰਤੀ ਤੋਂ ਸ਼ੁਰੂ ਹੋਇਆ ਸਫ਼ਰ, ਹੌਲੀ ਹੌਲੀ ਮਾਛੀਵਾੜੇ ਦੇ ਜੰਗਲਾਂ ਵਿੱਚੋਂ ਹੁੰਦਾ ਹੋਇਆ ਇਸ ਪਵਿੱਤਰ ਧਰਤੀ 'ਤੇ ਸਤਿਗੁਰੂ ਜੀ ਨੇ ਜਿਸਲੇ ਪੈਰ ਪਾਏ, ਇਹ ਉਹਨਾਂ ਦੀ ਆਮਦ ਦੇ ਵਿੱਚ ਅੱਜ ਸ਼ੁਰੂਆਤ ਕਰਦੇ ਆ ਇਹ ਉਹਨਾਂ ਪ੍ਰੋਗਰਾਮਾਂ ਦੀ ਅਤੇ ਨਗਰ ਕੀਰਤਨ ਦੀ ਅੱਜ ਇੱਥੇ ਪ੍ਰੰਭਤਾ ਕੀਤੀ ਹੈ। ਗੁਰੂ ਦਸਮ ਪਾਤਸ਼ਾਹ ਜੀ ਨੇ ਚਾਰੇ ਸਾਹਿਬਜ਼ਾਦੇ, ਤਿੰਨ ਪੰਜ ਪਿਆਰੇ, ਚਾਰੀ ਚਮਕੌਰ ਦੀ ਗੜੀ ਦੇ ਸਿੰਘ ਸਾਰੇ ਪੰਥ ਤੋਂ ਨਿਸ਼ਾਵਰ ਕੀਤੇ ਔਰ ਸਾਨੂੰ ਬਖਸ਼ਿਸ਼ ਕੀ ਕੀਤਾ, ਗੁਰੂ ਸਿਧਾਂਤ ਗੁਰਬਾਣੀ ਦੀ ਬਖਸ਼ਿਸ਼ ਕੀਤੀ, ਪੰਜ ਪ੍ਰਧਾਨੀ ਦੀ ਬਖਸ਼ਿਸ਼ ਕੀਤੀ। ਅੱਜ ਉਸ ਆਮਦ ਦੇ ਉੱਤੇ ਇਸ ਆਲਮਗੀਰ ਗੁਰਦੁਆਰਾ ਸਾਹਿਬ ਵਿਖੇ ਇਹ ਵੱਡਾ ਜਿਹੜਾ ਪ੍ਰੋਗਰਾਮ ਆਯੋਜਨ ਕੀਤਾ ਗਿਆ, ਸਾਰਿਆਂ ਨੂੰ ਸਤਿਗੁਰਾਂ ਦੀ ਇਸ ਆਮਦ 'ਤੇ ਵਧਾਈ ਵੀ ਦਿੰਦਾ, ਕਾਮਨਾ ਵੀ ਕਰਦਾ, ਗੁਰੂ ਸਾਹਿਬ ਜੀ ਕਿਰਪਾ ਕਰਿਓ, ਬਖਸ਼ਿਸ਼ ਕਰਿਓ, ਸਭ ਪਰਿਵਾਰਾਂ 'ਚ ਸੁੱਖ ਸ਼ਾਂਤੀ, ਚੜ੍ਹਦੀ ਕਲਾ, ਗੁਰਸਿੱਖੀ ਦੀ ਦਾਤ, ਕੇਸਾਂ ਦੀ ਦਾਤ, ਨਾਮ ਦੀ ਦਾਤ ਬਖਸ਼ਿਸ਼ ਕਰਿਓ। ਸੋ ਗੁਰੂ ਸਾਹਿਬ ਕਿਰਪਾ ਕਰਨ, ਬਖਸ਼ਿਸ਼ ਕਰਨ, ਇਹ ਪੜਾ ਦਰ ਪੜਾ ਹੁਣ ਇਸੇ ਜਾ ਕੇ ਰਾਏਕੋਟ ਦੀ ਧਰਤੀ 'ਤੇ ਵੀ ਉੱਥੇ ਵੀ ਦਰਸ਼ਨ ਸੰਗਤਾਂ ਨੇ ਕਰਨੇ, 3 ਤਰੀਕ ਨੂੰ ਉੱਥੇ ਵੀ ਮਹਾਨ ਨਗਰ ਕੀਰਤਨ ਨਿਕਲਣਾ। ਸੋ ਸਤਿਗੁਰੂ ਜੀ ਨੇ ਜਿਹੜੀਆਂ ਸਾਰੀਆਂ ਪਿਰਤਾਂ ਪਾਈਆਂ ਉਹਨਾਂ ਦੇ ਵਿੱਚ ਮੁੰਡਲੀ ਪਿਰਤ ਕਿ ਸਤਿਗੁਰੂ ਜੀ ਨੇ ਸਰੀਰਾਂ ਨੂੰ ਲਾਂਭੇ ਛੱਡ ਕੇ ਜਿਹੜੀ ਪਿਰਤ ਗੁਰੂ ਨਾਨਕ ਦੇ ਪਾਤਸ਼ਾਹ ਨੇ ਗੁਰਸ਼ਬਦ ਦੀ ਪਾਈ ਸੀ ਉਸ ਪਿਰਤ ਨੂੰ ਸੰਪੂਰਨ ਕੀਤਾ ਜਾ ਕੇ ਉਸ ਹਜ਼ੂਰ ਸਾਹਿਬ ਦੀ ਨੰਦੇੜ ਦੀ ਧਰਤੀ ਦੇ ਉੱਤੇ ਸਤਿਗੁਰੂ ਜੀ ਨੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਨੂੰ ਗੁਰੂ ਕਰਕੇ ਤਾਂ ਜਾਣਨਾ ਆ, ਗੁਰੂ ਦੇ ਗਿਆਨ ਨੂੰ ਵੀ ਗ੍ਰਹਿਣ ਕਰਨਾ, ਇਹੋ ਸਤਿਗੁਰੂ ਜੀ ਨੇ ਸਾਨੂੰ ਸਿੱਖਿਆ ਬਖਸ਼ਿਸ਼ ਕੀਤੀ ਸੀ। ਸਾਰੀ ਕੌਮ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ, ਇੱਕ ਤੁਹਾਡੇ ਕੋਲ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਵੱਡਾ ਸਿੱਖਾਂ ਦਾ ਧੁਰਾ, ਜਿੱਥੇ ਸਿੱਖਾਂ ਦੀ ਕੌਮੀ ਕੋਈ ਵੀ ਮਸਲਾ ਹੋਵੇ ਡਿਸਕਸ ਹੁੰਦਾ, ਅਕਾਲ ਤਖਤ ਨੂੰ ਸਮਰਪਿਤ ਹੋਈਏ, ਪੰਜਾਂ ਪਾਸੋਂ ਖੰਡੇ ਬਾਟੇ ਦੀ ਪੌਲ ਛੱਕ ਕੇ ਤਿਆਰ ਬਰ ਤਿਆਰ ਹੋ ਕੇ ਗੁਰਮਤ ਅਨੁਕੂਲ ਆਪਣਾ ਜੀਵਨ ਜਿਉਂ। ਇਹ ਵੀ ਅੱਜ ਦਾ ਸਵਾਲ ਜੀ, ਭਾਈ ਨਗਾਈਆ ਜੀ ਦੀ ਫੋਟੋ ਦਾ ਅਸੀਂ ਫੈਸਲਾ ਕਰ ਲਿਆ ਸੀਗਾ, ਉਹ ਆਉਂਦੇ ਸਮੇਂ ਦੇ ਵਿੱਚ
जिदन बाकी होर तस्वीर सुशोभित करेंगे केंद्रीय अजायब घर उन्होंने भी जरूर तस्वीर लवेंगे तैयार हो गई वो साढ़े क्योंकि पेंटिंग होंगी है वो पेंटिंग थोड़ा टाइम लग जाता हो गई या कोई नहीं कर देंगे नहीं कोई गल नहीं लंबा समा नहीं कोई भी होंगे कोई नहीं हुण हो जाऊगा अज मैं भुल गया अज गुरु गोबिंद सिंह पातशाह जी का पवित्र प्रकाश दिहाड़ा भी है वह प्रकाश दिहाड़ा जिहड़ी समुची कौम देश ते विदेशों दे विच अज गुरु साहब जी की अपार किरपा ते बख्शिश सदका चढ़दी कला विच मना रही है गुरु गोबिंद सिंह पातशाह जी दे प्रकाश आमद ते समुची संगत नूं बहुत बहुत बधाई दिना कामना भी करदा गुरु साहब जी सारयां दे हिरदयां विच वासा करियो सारयां नूं खुशियां खेड़े बख्शिश करियो वाहिगुरु जी का खालसा वाहिगुरु जी की फतह चलो चलो कोई नहीं जिहड़ी साडे ध्यान च आउंदी असीं तां दूर करदे आं नौजवान पीढ़ी वल नूं देखो असीं तां हुण आह बरा जिहड़ा धर्म प्रचार लई मना रहे आ पिछले साल भी बहुत वड्डा जतन कीता ऐतकी भी हुण तुसीं देखोगे आ चरण सिंह आलमगीर आए इत्थे नहीं हाजरी लगनी हुण इहदे इहदे इलाके दे विच देखांगे कित्थे अमर संचार कराउंदा ਕਿਉਂਕਿ ਇੱਥੇ ਤਾਂ ਹੁੰਦਾ ਹੀ ਇੱਥੇ ਤਾਂ ਹੁੰਦਾ ਹੀ ਇੱਥੇ ਤਾਂ ਨਹੀਂ ਪਾਉਣਾ ਹੁਣ ਇਹਨਾਂ ਦੇ ਨਗਰ ਜਿਹੜੇ ਪੈਂਦੇ ਉਹਨਾਂ 'ਚ ਕਰਾਉਣਾ ਇਹਦਾ ਸਾਰਨ ਮਾਜਰਾ ਸਾਹਿਬ ਆ ਬਾਬਾ ਪਾਲੀ ਜੀ ਸਾਡੇ ਧਰਮ ਪ੍ਰਚਾਰ ਦੇ ਖੜੇ ਆ ਸਰਦਾਰ ਜਗਜੀਤ ਸਿੰਘ ਤਲਵੰਡੀ ਖੜੇ ਆ ਸਾਰਿਆਂ ਦੇ ਹਲਕਿਆਂ 'ਚ ਕਰਾਉਣਾ ਦੇਖੋ ਮੈਂ ਆ ਤਾਂ ਇਹ ਕਹਿ ਸਕਦਾ ਵੀ ਜਿਹੜੇ ਲੋਕ ਕੱਲ੍ਹ ਤੱਕ ਸਰਕਾਰਾਂ ਨੂੰ ਨਿੰਦਦੇ ਸੀ ਪੰਜ ਸਾਲ ਉਹ ਰਾਜ ਸੱਤਾ 'ਚ ਕਾਬਜ਼ ਰਹੇ ਹੁਣ ਆ ਜਿਹੜੇ ਨਿੰਦਦੇ ਸੀ ਵੱਡਾ ਜਿਹਨੇ ਇਹ ਸ਼ੁਰੂ ਕੀਤਾ ਸੀ ਉਹ ਵੀ ਨਿੰਦਦੇ ਵੀ ਅੱਜ ਤਾਂ ਇਹ ਸਰਕਾਰੀ ਅੰਕੜੇ ਬੋਲਦੇ ਆ ਵੀ ਕੀ ਹਾਲ ਹੋਣ ਡਿਆ ਸਾਰਾ ਜੇ ਚਿੰਤਤ ਹੋਵੇ ਤਾਂ ਫਿਰ ਆਪਾਂ ਆਹ ਜਿਹੜਾ ਰੋਜ਼ ਦੀ ਰੋਜ਼ ਹੋ ਰਿਹਾ ਫਿਰ ਇਹ ਇਵੇਂ ਦੇਖੋ ਦੇਖੋ ਸਰਕਾਰਾਂ ਦਾ ਹੀ ਦੋਸ਼ ਸਰਕਾਰਾਂ ਦੇ ਪਹਿਲਾ ਦੋਸ਼ ਹੁੰਦਾ ਕਿਉਂਕਿ ਨਸ਼ੇ ਆਉਂਦੇ ਆ ਤਾਂ ਲੋਕ ਨਸ਼ਿਆਂ 'ਤੇ ਲੱਗਦੇ ਆ ਇਹ ਸਰਕਾਰਾਂ ਨੇ ਸਾਰੇ ਪ੍ਰਬੰਧ ਕਰਨੇ ਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ।